ਸਾਡੇ ਮਰਾਸੀ ਬੈਠੇ ਨੇ ਇੱਥੇ। ਮੈਂ ਜੋ ਕੁਛ ਵੀ ਇਹਨਾਂ ਦੇ ਕਰਕੇ ਆ ਜੀ, ਜਿਹੜਾ ਬੰਦਾ ਆਪਣੀ ਔਕਾਤ ਭੁੱਲ ਜਾਵੇ ਉਹ ਬੰਦਾ ਨਹੀਂ ਹੁੰਦਾ। ਯੂਟਿਊਬ ਤੇ ਫੇਸਬੁੱਕ ਤੇ ਬਹੁਤ ਸਾਰੇ ਲੋਕ ਜਦੋਂ ਕੋਈ ਅੱਛਾ ਗਾਣਾ ਹੁੰਦਾ ਫਿਲਮ ਵਗੈਰਾ 'ਚ ਜਾਂ ਕੁਛ ਅੱਛੀ ਅਚੀਵਮੈਂਟ ਹੁੰਦੀ ਹੈ ਤੇ ਮੈਂ ਫੇਸਬੁੱਕ ਤੇ ਪਾਉਂਦਾ, ਥੱਲੇ ਬਹੁਤ ਸਾਰੇ ਕਮੈਂਟ ਆਉਂਦੇ ਆ, ਉਹ ਜੋ ਮਰਜ਼ੀ ਕਰ ਲਾ, ਰਹਿਣਾ ਤਾਂ ਮਰਾਸੀ ਆ ਤੂੰ। ਤੇ ਮੈਂ ਬੜਾ ਬੜਾ ਅੱਛਾ, ਮੈਨੂੰ ਅੱਛਾ ਲੱਗਦਾ ਪਰ ਥੋੜ੍ਹਾ ਦੁੱਖ ਵੀ ਲੱਗਦਾ ਕਿ ਇਹ ਕਿਸ ਵੇ ਨਾਲ ਬੋਲ ਰਹੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਸਾਡਾ ਜਿਹੜਾ ਬਾਬਾ ਮਰਦਾਨਾ ਸੀ ਉਹ ਤਾਂ 24 ਘੰਟੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਰਿਹਾ। ਤੇ ਮੈਨੂੰ ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਅਸਰ ਹੈ ਕਿ ਅਸੀਂ ਗਾਉਂਦੇ ਹਾਂ ਮਾੜਾ ਮੋਟਾ। ਤੇ ਤੁਸੀਂ ਤਾਂ ਵੀ ਨਹੀਂ ਸਮਝ ਸਕੇ ਗੱਲ ਕੀ ਹੈ। ਗੱਲ ਮਰਾਸੀ ਦੀ ਨਹੀਂ, ਗੱਲ ਤੁਹਾਡੀ ਮਿਹਨਤ ਦੀ ਹੈ। ਮਿਹਨਤ ਕਰੋ ਰੱਬ ਦਿੰਦਾ, ਚਾਹੇ ਉਹ ਕੋਈ ਹੋਵੇ। ਸਾਨੂੰ ਜ਼ਰਾ ਇਸ ਕਰਕੇ ਜ਼ਿਆਦਾ ਦੇ ਦਿੰਦਾ ਹੈ ਕਿ ਅਸੀਂ ਮਿਹਨਤਾਂ ਹੀ ਸ਼ੁਰੂ ਸਵੇਰ ਹੁੰਦੀ ਤੇ ਮਿਹਨਤਾਂ ਹੀ ਪਾਉਣੀਆਂ ਸ਼ੁਰੂ ਕਰ ਦਿੰਦੇ। ਤੂੰ ਪੀਰ ਮੇਰਾ ਤੇ ਮੈਂ ਬੱਚੜਾ ਤੇਰਾ ਤੇ ਸਾਈਆਂ ਡਿਗਾਂ ਤੇਰੇ ਸਪਨਾ ਠੰਡ ਦੇ ਮੌਸਮ ਚ, ਸਿਆਲਾਂ ਚ ਸਰਦੀ ਲੱਗੀ, ਵਿਚਾਰਾ ਮਰ ਗਿਆ। ਉੱਤੇ ਜਦੋਂ ਗਿਆ ਤੇ ਅੱਲਾ ਨੇ, ਰੱਬ ਨੇ ਦੇਖਿਆ ਕਿ ਇਹਨੇ ਤਾਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਇਹਨੇ ਚੰਗੇ ਕੰਮ ਕੀਤੇ, ਇਹਨੂੰ ਸਵਰਗਾਂ 'ਚ ਭੇਜੋ। ਉਹਨੂੰ ਸਵਰਗਾਂ 'ਚ ਭੇਜਿਆ, ਪਰੀਆਂ ਨੇ ਉੱਥੇ ਉਹਨੂੰ ਪੱਖਾ ਚੱਲਿਆ, ਉੱਥੇ ਵੀ ਮਰ ਗਏ। ਨਾ ਅਸੀਂ ਜ਼ਿਆਦਾ ਗਰਮੀ ਬਰਦਾਸ਼ਤ ਕਰ ਸਕਦੇ ਹਾਂ, ਨਾ ਸਰਦੀ ਬਰਦਾਸ਼ਤ। ਇੱਕ ਵਾਰੀ ਮੈਂ ਤੇ ਮੇਰਾ ਮਾਮਾ ਅਸੀਂ ਸਫ਼ਰ ਕਰ ਰਹੇ, ਗਾਣਾ ਬਹੁਤ ਸੁਣਾ ਕੇ ਜਾਊਂਗਾ, ਟੈਨਸ਼ਨ ਨਾ ਲਓ, ਸ਼ਾਮ ਤੱਕ ਗਾਉਂਦਾ ਰਹੋ। ਇੱਕ ਵਾਰੀ ਅਸੀਂ ਮੈਂ ਤੇ ਮੇਰਾ ਮਾਮਾ, ਇੱਕ ਸਾਡਾ ਸਭ ਤੋਂ ਛੋਟਾ ਮਾਮਾ, ਉਹਦਾ ਨਾਂ ਕਸਤੂਰੀ ਹੈ ਜਨਾਬ। ਸਹੁਰਾ ਤੇਰਾ ਵੀ ਮਰ ਹੀ ਗਿਆ ਕਾਲਾ। ਹਾਂਜੀ, ਮਿਹਰਬਾਨੀ, ਤੁਸੀਂ ਵੀ ਮਰ ਜਾਣਾ ਜੱਗ ਜਿਉਂਦਿਆਂ ਦੇ ਮੇਲੇ, ਸਾਰਿਆਂ ਨੇ ਮਰ ਜਾਣਾ। ਗੱਲ ਕੀ ਹੈ, ਮਰ ਜਾਓ ਜੱਗ ਜਿਉਂਦਿਆਂ ਦੇ ਮੇਲੇ। ਵੇਖੋ ਮੇਲਾ ਵੇਖੋ ਬਾਬਾ ਜੀ। ਗੱਲ ਹੋ ਰਹੀ ਸੀ ਕਿ ਮੈਂ ਤੇ ਮੇਰਾ ਮਾਮਾ ਅਸੀਂ ਸਫ਼ਰ ਕਰ ਰਹੇ, ਮੈਂ ਨਵੀਂ ਗੱਡੀ ਲਈ। ਮਰਾਸੀਆਂ ਦੀ ਕਿੱਥੇ ਭਾਗਾਂ 'ਚ ਹੁੰਦਾ ਜੀ, ਉਹ ਤਾਂ ਰੱਬ ਨੇ ਕਰਾਇਆ, ਮਿਹਨਤ ਕੀਤੀ, ਫਲ ਮਿਲਿਆ। ਰੇਂਜ ਰੋਵਰ ਨਵੀਂ ਲਈ, ਮੈਂ ਆਪਣੇ ਮਾਮੇ ਨੂੰ ਕਿਹਾ, ਮੈਂ ਕਿਹਾ ਮਾਮਾ ਬੈ ਤੈਨੂੰ ਝੂਟਾ ਦਿੰਦਾ। ਅੱਗੇ ਸਾਨੂੰ ਪੁਲਿਸ ਨੇ ਰੋਕ ਲਿਆ, ਪੁਲਿਸ ਨੇ ਜਦੋਂ ਰੋਕ ਲਿਆ ਤੇ ਉਹ ਕਹਿੰਦੇ, ਮਾਮੇ ਮੇਰੇ ਨੂੰ ਕਹਿੰਦੇ ਤੂੰ ਬੈਲਟ ਨਹੀਂ ਲਾਈ। ਅਤੇ ਅੱਗੇ ਮਾਮੇ ਨੇ ਚਾਦਰ ਕੁੜਤਾ ਪਾਇਆ, ਕਹਿੰਦੇ ਸ਼ਦਾਈ ਹੋਇਆ, ਚਾਦਰ ਕੁੜਤੇ ਨਾਲ ਕੌਣ ਬੈਲਟ ਲਾਉਂਦਾ। ਮੇਰੇ ਨੱਕ ਵਿੱਚ ਨਥਲੀ ਤੇ ਤਾਨੂੰ ਤੇ ਘੱਗਰੀ ਤੇ ਕੰਨਾਂ 'ਚ ਪਾ ਦੇ ਉਹ ਡੰਡੀਆਂ।